2024 ਚ ਕਾਬੂ ਕੀਤਾ, 2023 ਚ ਜੇਲੋਂ ਭੱਜਿਆ ਕੈਦੀ। ਖੇਤਾਂ ਚ ਕੰਮ ਕਰਨ ਵੇਲੇ ਭੱਜ ਨਿਕਲਿਆ ਸੀ ਆ ਕੈਦੀ। ਪੁਲਿਸ ਦੀ ਗ੍ਰਿਫਤ ਦੇ ਵਿੱਚ ਇਸ ਕੈਦੀ ਨੂੰ ਧਿਆਨ ਨਾਲ ਦੇਖੋ। ਦਰਅਸਲ ਤੁਹਾਨੂੰ ਦੱਸਦੇ ਹਾਂ ਕਿ ਜੇਲ੍ਹ ਦੇ ਅੰਦਰ ਜਿਹੜੇ ਕੈਦੀ ਹੁੰਦੇ ਨੇ, ਜਿਨ੍ਹਾਂ ਨੂੰ ਘੱਟ ਸਜ਼ਾਵਾਂ ਹੁੰਦੀਆਂ ਨੇ, ਉਹ ਬਾਹਰ ਜਾ ਕੇ ਪੁਲਿਸ ਉਹਨਾਂ ਦੇ ਕੋਲੋਂ ਪੂਰੀ ਸੁਰੱਖਿਆ ਤਹਿਤ ਕੰਮ ਵੀ ਕਰਾਉਂਦੀ ਹੈ, ਕਦੇ ਖੇਤਾਂ 'ਚ ਕਦੇ ਪੈਟਰੋਲ ਪੰਪਾਂ 'ਤੇ। ਇਸੇ ਤਰੀਕੇ ਦੇ ਨਾਲ ਇਸ ਸ਼ਖਸ ਨੂੰ 2 ਸਾਲ ਦੀ ਸਜ਼ਾ ਹੋਈ ਹੈ। ਇਸ ਦੇ ਕੋਲੋਂ ਐਕਸੀਡੈਂਟ ਹੋ ਗਿਆ ਸੀ, ਜਿਸ ਤੋਂ ਬਾਅਦ ਇਸ ਨੂੰ 2 ਸਾਲ ਦੀ ਸਜ਼ਾ ਹੁੰਦੀ ਹੈ ਅਤੇ ਇਹ ਜੇਲ੍ਹ ਦੇ ਵਿੱਚ ਬੰਦ ਸੀ। ਪੁਲਿਸ ਨੇ ਇਸ ਨੂੰ ਖੇਤਾਂ ਵਿੱਚ ਕੰਮ ਕਰਨ ਭੇਜਿਆ, ਨਾਲ ਪੁਲਿਸ ਆਪ ਵੀ ਗਈ, ਤਾਂ ਇਹ ਬਹਾਨਾ ਲਗਾ ਕੇ ਉੱਥੋਂ ਗਾਇਬ ਹੋ ਗਿਆ। ਨਵੰਬਰ 2023 ਦੇ ਵਿੱਚ ਇਹ ਜੇਲੋਂ ਭੱਜ ਗਿਆ ਸੀ, ਅਪ੍ਰੈਲ 2024 ਦੇ ਵਿੱਚ ਇਸ ਨੂੰ ਗ੍ਰਿਫਤਾਰ ਕੀਤਾ ਗਿਆ। ਤਾਂ ਬਰਨਾਲਾ ਜੇਲ੍ਹ ਦੇ ਵਿੱਚੋਂ ਇਹ ਭੱਜਿਆ ਸੀ ਕੈਦੀ। ਇਸ ਦਾ ਨਾਮ ਰਮੇਸ਼ ਕੁਮਾਰ ਹੈ, ਜੋ ਕਿ ਸੜਕ ਹਾਦਸੇ ਕਰਕੇ ਜੇਲ੍ਹ ਦੇ ਵਿੱਚ ਬੰਦ ਹੈ। ਇਸ ਨੂੰ 2 ਸਾਲ ਦੀ ਸਜ਼ਾ ਹੋਈ ਹੈ, ਜਿਸ ਦੇ ਵਿੱਚੋਂ ਇਸ ਨੇ ਕੁਝ ਮਹੀਨਿਆਂ ਦੀ ਸਜ਼ਾ ਕੱਟ ਲਈ ਸੀ ਅਤੇ ਇਹ ਨਵੰਬਰ ਦੇ ਵਿੱਚ ਮੌਕਾ ਦੇ ਕੇ ਭੱਜ ਨਿਕਲਿਆ। ਇਸ ਮੌਕੇ ਜਾਣਕਾਰੀ ਦਿੰਦੇ ਹੋਏ ਜਸਵਿੰਦਰ ਸਿੰਘ ਨੇ ਦੱਸਿਆ, ਜੋ ਕਿ ਪੁਲਿਸ ਦੇ ਅਧਿਕਾਰੀ ਨੇ, ਕਿ ਉਹਨਾਂ ਨੇ ਇਸ ਦੀ ਪਹਿਚਾਣ ਬੱਸ ਅੱਡੇ 'ਤੇ ਕੀਤੀ ਅਤੇ ਬੱਸ ਅੱਡੇ 'ਤੇ ਹੀ ਇਸ ਨੂੰ ਗ੍ਰਿਫਤਾਰ ਕਰ ਲਿਆ ਗਿਆ। ਤਾਂ ਬਰਨਾਲਾ ਜੇਲ੍ਹ ਦੇ ਵਿੱਚੋਂ ਭੱਜਣ ਵਾਲਾ ਕੈਦੀ ਗ੍ਰਿਫਤਾਰ ਕਰ ਲਿਆ ਗਿਆ ਹੈ। 2023 ਨਵੰਬਰ ਦੇ ਵਿੱਚ ਭੱਜਿਆ ਸੀ, 2024 ਅਪ੍ਰੈਲ ਗ੍ਰਿਫਤਾਰ ਕੀਤਾ ਹੈ। ਇਹ ਰਮੇਸ਼ ਮੇਸੀ ਸੀਗਾ ਮੌੜ ਮੰਡੀ ਤੋਂ। ਇਹ ਐਕਸੀਡੈਂਟ ਦੇ ਕੇਸ ਦੇ ਵਿੱਚ 2 ਸਾਲ ਦੀ ਸਜ਼ਾ ਦੇ ਬੰਦ ਸੀਗਾ ਬਰਨਾਲਾ ਜੇਲ੍ਹ ਦੇ ਵਿੱਚ, ਅਤੇ ਉੱਥੋਂ ਜਿਹੜੇ ਸਜ਼ਾ ਜ਼ਾਬਤ ਹੁਣ ਇਹਨਾਂ ਨੂੰ ਜੇਲ੍ਹ ਵੱਲੋਂ ਵੀ ਬਾਹਰ ਜੋ ਖੇਤੀ ਵਗੈਰਾ ਕਰਦੇ ਤਾਂ ਉੱਥੇ ਇਹਨਾਂ ਨੂੰ ਕਰਨ ਦਿੱਤੀ ਜਾਂਦੀ ਹੈ, ਅਤੇ ਉੱਥੋਂ ਇਹ ਫਰਾਰ ਹੋ ਗਿਆ ਸੀਗਾ। ਅਤੇ ਅੱਜ ਸਾਡੀ ਅਫਸਰ ਸਾਹਿਬਾਨਾਂ ਦੀ ਟੀਮ ਦੇ ਗਾਈਡਲਾਈਨ ਦੇ ਹੇਠ ਸਾਡੇ ਇੰਚਾਰਜ ਚੌਂਕੀ ਬੱਸ ਸਟੈਂਡ ASI ਚਰਨਜੀਤ ਸਿੰਘ ਜੀ ਨੇ ਇਹਨੂੰ ਆਪਣਾ ਅਨਾਜ ਮੰਡੀ ਤੋਂ ਇਹਨੂੰ ਗ੍ਰਿਫਤਾਰ ਕੀਤਾ ਅਤੇ ਅੱਜ ਇਹਦਾ ਪੁਲਿਸ ਅਸੀਂ ਪੇਸ਼ ਕੀਤਾ ਕੋਰਟ। ਇਹ 24/11/23 ਨੂੰ ਭੱਜਿਆ ਸੀਗਾ। ਇਹ ਐਕਸੀਡੈਂਟ ਦੇ ਕੇਸ ਦੇ ਵਿੱਚ 2 ਸਾਲ ਦੀ ਸਜ਼ਾ ਕੱਟ ਰਿਹਾ ਸੀ। FIR ਦਿੱਤੀ ਹੋਈ ਸੀ ਇਹਦੇ 534 IPC ਦੇ ਤਹਿਤ। 2024 'ਚ ਕਾਬੂ ਕੀਤਾ, 2023 'ਚ ਜੇਲੋਂ ਭੱਜਿਆ ਕੈਦੀ। ਖੇਤਾਂ 'ਚ ਕੰਮ ਕਰਨ ਵੇਲੇ ਭੱਜ ਨਿਕਲਿਆ ਸੀ ਆ ਕੈਦੀ। ਪੁਲਿਸ ਦੀ ਗ੍ਰਿਫਤ ਦੇ ਵਿੱਚ ਇਸ ਕੈਦੀ ਨੂੰ ਧਿਆਨ ਨਾਲ ਦੇਖੋ। ਦਰਅਸਲ ਤੁਹਾਨੂੰ ਦੱਸਦੇ ਹਾਂ ਕਿ ਜੇਲ੍ਹ ਦੇ ਅੰਦਰ ਜਿਹੜੇ ਕੈਦੀ ਹੁੰਦੇ ਨੇ, ਜਿਨ੍ਹਾਂ ਨੂੰ ਘੱਟ ਸਜ਼ਾਵਾਂ ਹੁੰਦੀਆਂ ਨੇ, ਉਹ ਬਾਹਰ ਜਾ ਕੇ ਪੁਲਿਸ ਉਹਨਾਂ ਦੇ ਕੋਲੋਂ ਪੂਰੀ ਸੁਰੱਖਿਆ ਤਹਿਤ ਕੰਮ ਵੀ ਕਰਾਉਂਦੀ ਹੈ, ਕਦੇ ਖੇਤਾਂ 'ਚ ਕਦੇ ਪੈਟਰੋਲ ਪੰਪਾਂ 'ਤੇ। ਇਸੇ ਤਰੀਕੇ ਦੇ ਨਾਲ ਇਸ ਸ਼ਖਸ ਨੂੰ 2 ਸਾਲ ਦੀ ਸਜ਼ਾ ਹੋਈ ਹੈ। ਇਸ ਦੇ ਕੋਲੋਂ ਐਕਸੀਡੈਂਟ ਹੋ ਗਿਆ ਸੀ, ਜਿਸ ਤੋਂ ਬਾਅਦ ਇਸ ਨੂੰ 2 ਸਾਲ ਦੀ ਸਜ਼ਾ ਹੁੰਦੀ ਹੈ ਅਤੇ ਇਹ ਜੇਲ੍ਹ ਦੇ ਵਿੱਚ ਬੰਦ ਸੀ। ਪੁਲਿਸ ਨੇ ਇਸ ਨੂੰ ਖੇਤਾਂ ਵਿੱਚ ਕੰਮ ਕਰਨ ਭੇਜਿਆ, ਨਾਲ ਪੁਲਿਸ ਆਪ ਵੀ ਗਈ, ਤਾਂ ਇਹ ਬਹਾਨਾ ਲਗਾ ਕੇ ਉੱਥੋਂ ਗਾਇਬ ਹੋ ਗਿਆ। ਨਵੰਬਰ 2023 ਦੇ ਵਿੱਚ ਇਹ ਜੇਲੋਂ ਭੱਜ ਗਿਆ ਸੀ, ਅਪ੍ਰੈਲ 2024 ਦੇ ਵਿੱਚ ਇਸ ਨੂੰ ਗ੍ਰਿਫਤਾਰ ਕੀਤਾ ਗਿਆ। ਤਾਂ ਬਰਨਾਲਾ ਜੇਲ੍ਹ ਦੇ ਵਿੱਚੋਂ ਇਹ ਭੱਜਿਆ ਸੀ ਕੈਦੀ। ਇਸ ਦਾ ਨਾਮ ਰਮੇਸ਼ ਕੁਮਾਰ ਹੈ, ਜੋ ਕਿ ਸੜਕ ਹਾਦਸੇ ਕਰਕੇ ਜੇਲ੍ਹ ਦੇ ਵਿੱਚ ਬੰਦ ਹੈ। ਇਸ ਨੂੰ 2 ਸਾਲ ਦੀ ਸਜ਼ਾ ਹੋਈ ਹੈ, ਜਿਸ ਦੇ ਵਿੱਚੋਂ ਇਸ ਨੇ ਕੁਝ ਮਹੀਨਿਆਂ ਦੀ ਸਜ਼ਾ ਕੱਟ ਲਈ ਸੀ ਅਤੇ ਇਹ ਨਵੰਬਰ ਦੇ ਵਿੱਚ ਮੌਕਾ ਦੇ ਕੇ ਭੱਜ ਨਿਕਲਿਆ। ਇਸ ਮੌਕੇ ਜਾਣਕਾਰੀ ਦਿੰਦੇ ਹੋਏ ਜਸਵਿੰਦਰ ਸਿੰਘ ਨੇ ਦੱਸਿਆ, ਜੋ ਕਿ ਪੁਲਿਸ ਦੇ ਅਧਿਕਾਰੀ ਨੇ, ਕਿ ਉਹਨਾਂ ਨੇ ਇਸ ਦੀ ਪਹਿਚਾਣ ਬੱਸ ਅੱਡੇ 'ਤੇ ਕੀਤੀ ਅਤੇ ਬੱਸ ਅੱਡੇ 'ਤੇ ਹੀ ਇਸ ਨੂੰ ਗ੍ਰਿਫਤਾਰ ਕਰ ਲਿਆ ਗਿਆ। ਤਾਂ ਬਰਨਾਲਾ ਜੇਲ੍ਹ ਦੇ ਵਿੱਚੋਂ ਭੱਜਣ ਵਾਲਾ ਕੈਦੀ ਗ੍ਰਿਫਤਾਰ ਕਰ ਲਿਆ ਗਿਆ ਹੈ। 2023 ਨਵੰਬਰ ਦੇ ਵਿੱਚ ਭੱਜਿਆ ਸੀ, 2024 ਅਪ੍ਰੈਲ ਗ੍ਰਿਫਤਾਰ ਕੀਤਾ ਹੈ। ਇਹ ਰਮੇਸ਼ ਮੇਸੀ ਸੀਗਾ ਮੌੜ ਮੰਡੀ ਤੋਂ। ਇਹ ਐਕਸੀਡੈਂਟ ਦੇ ਕੇਸ ਦੇ ਵਿੱਚ 2 ਸਾਲ ਦੀ ਸਜ਼ਾ ਦੇ ਬੰਦ ਸੀਗਾ ਬਰਨਾਲਾ ਜੇਲ੍ਹ ਦੇ ਵਿੱਚ,
ਤੇ ਉੱਥੋਂ ਜਿਹੜੇ ਸਜ਼ਾ ਜ਼ਾਬਤ ਹੁਣ ਇਹਨਾਂ ਨੂੰ ਜੇਲ੍ਹ ਵੱਲੋਂ ਵੀ ਬਾਹਰ ਜੋ ਖੇਤੀ ਵਗੈਰਾ ਕਰਦੇ ਤਾਂ ਉੱਥੇ ਇਹਨਾਂ ਨੂੰ ਕਰਨ ਦਿੱਤੀ ਜਾਂਦੀ ਹੈ ਅਤੇ ਉੱਥੋਂ ਇਹ ਫਰਾਰ ਹੋ ਗਿਆ ਸੀਗਾ ਅਤੇ ਅੱਜ ਸਾਡੀ ਅਫਸਰ ਸਾਹਿਬਾਨਾਂ ਦੀ ਟੀਮ ਦੇ ਗਾਈਡਲਾਈਨ ਦੇ ਹੇਠ ਸਾਡੇ ਚਾਰ ਚੌਂਕੀ ਬੱਸ ਸਟੈਂਡ ਏਐਸਆਈ ਚਰਨਜੀਤ ਸਿੰਘ ਜੀ ਨੇ ਇਹਨੂੰ ਆਪਣਾ ਅਨਾਜ ਮੰਡੀ ਤੋਂ ਇਹਨੂੰ ਗ੍ਰਿਫਤਾਰ ਕੀਤਾ ਅਤੇ ਅੱਜ ਇਹਦਾ ਪੁਲਿਸ ਅਸੀਂ ਪੇਸ਼ ਕੀਤਾ ਕੋਰਟ। ਇਹ 24/11/23 ਨੂੰ ਭੱਜਿਆ ਸੀਗਾ। ਇਹ ਐਕਸੀਡੈਂਟ ਦੇ ਕੇਸ ਦੇ ਵਿੱਚ 2 ਸਾਲ ਦੀ ਸਜ਼ਾ ਕੱਟ ਰਿਹਾ ਸੀ। FIR ਦਿੱਤੀ ਹੋਈ ਸੀ ਇਹਦੇ 534 224 IPC ਦੇ ਤਹਿਤ।